श्रीमुख एक हर नाम दे परिवार को बुला के मेरे ब्याह समारोह
ਨਹੀਂ ਹੋ ਸਕਿਆ ਹੈ ਤੇ ਤਾਂ ਗਰੀਬ ਬੱਚਿਆਂ ਦੇ ਪਰਿਵਾਰ ਤਿਆਰ ਕੀਤੇ ਜਾ ਰਹੇ ਨੇ। ਦੁਆਓ ਸਤਿਗੁਰੂ ਮਹਾਰਾਜ ਜੀ ਨੇ ਦੋਵੇਂ ਪਰਿਵਾਰਾਂ ਨੂੰ ਖੁਸ਼ੀਆਂ ਦੇ ਸਮੇਂ ਬਖਸ਼ੇ ਨੇ। ਕੀਤਾ ਹੋਵੇ ਕੰਮ ਸਭ ਪੜ੍ਹ ਕੇ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਛੋਟੀ ਅਰਦਾਸ ਬੇਨਤੀ ਹੋਏਗੀ, ਜਿਹਦੇ ਵਿੱਚ ਵਿਆਹ ਵਾਲੀ ਸੁਭਾਗ ਜੋੜੀ ਅਤੇ ਉਹਨਾਂ ਦੇ ਪਰਿਵਾਰਕ ਜੋ ਮਾਤਾ ਪਿਤਾ ਨੇ ਉਹ ਬੜੇ ਹੋਣਗੇ। ਪਰ ਸਭ ਤੋਂ ਪਹਿਲਾਂ ਜਿਹੜੀ ਬੇਨਤੀ ਹੈ ਬਰਾਤੀ ਵਜਣਾ ਨੂੰ ਕਿ ਵਿਆਹ ਵਾਲੇ ਲੜਕਾ ਜੀ ਦੇ ਜਿਹੜਾ ਸੇਵਾ ਸਜਾਇਆ ਹੋਇਆ ਇਹਨੂੰ ਉਤਾਰ ਦਿੱਤਾ ਜਾਵੇ, ਵਧਾ ਦਿੱਤਾ ਜਾਵੇ ਜੀ। ਸੋ ਕੀਤਾ ਹੋ ਗਈ ਇਹ ਕੰਮ ਸ਼ਬਦ ਬਾਬਾ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪੁਰੀ ਗੁਰਬਾਣੀ ਕੀਤਾ ਬੋਲੀਏ ਕੰਮ ਸੋਹਣੇ ਸ਼ੁਰੂ ਕਰੋ ਆਪਣੇ ਸੁਭਾਅ ਦੇ ਵਿੱਚ ਸੱਚੇ ਮੋਹ ਦਾ ਆਪਣਾ ਆਨੰਦ ਦਾ
ਆਪ ਜੀ ਦੀ ਸੁੰਦਰ ਪਹਿਚਾਣੀ ਬਣਾਏ ਗਏ ਇੰਨੀ ਵਾਰ ਕਰਨੀ ਮੁੱਖ ਰੋਗ ਕੇ ਸਾਈ ਮਾਂ ਕਿਰਪਾ ਕਰਨੀ ਗੋਲ ਦੁਆਰ ਚੜ੍ਹਦੀ ਕਲਾ ਪਛਲੀ ਸਤਿਗੁਰ ਜੀ ਆਪ ਜੀ ਲਈ ਅੰਦਰ ਕਲਾ ਪਛਾੜੇ ਕਹਾ ਕਰਦੇ ਪ੍ਰਕਾਰ ਭੋਜਨ ਬਹੁਤ ਪੀਏ ਬਹੁਤ ਦਿਨ ਵਿੱਚ ਆਏ ਕਿਰਪਾ ਸਾਹਿਬ ਪਿਤਾ ਨਾਮ ਪੂਰਨ ਵਰਤੇ ਜੋ ਵੀ ਚੰਗੇ ਆਪ ਜੀ ਦਾ ਨਾਮ ਦਿੱਤੇ ਸਤਿਗੁਰ ਜੀ ਕਿਰਪਾ ਕਰਨ ਲਈ ਅਨੰਦ ਕਾਰਜ ਸੇਵਾ ਨਿਭਾਉਂਦੇ ਹਾਂ ਪ੍ਰਾਰਥਨਾ ਕਰਦੇ ਹਾਂ ਆਪ ਪੂਰਨਾ ਸਤਿਗੁਰੂ ਜੀ ਆਪਣਾ ਮਹਾਨ ਕਾਰਜ ਕਰਾਉਣ ਸਤਿਗੁਰੂ ਜੀ ਕਿਰਪਾ ਕਰੋ ਸਤਿਗੁਰੂ ਜੀ ਕਿਰਪਾ ਕਰੋ ਸਤਿਗੁਰੂ ਜੀ ਜਨਮ ਜਨਮ ਦੇ ਇਹ ਤੁਹਾਡੇ ਭਾਈ ਕਿੰਨੇ ਜਨਮਾਂ ਦੇ ਦੁੱਖ
ਖਤਮ ਹੋ ਗਿਆ। ਸੁੱਕਾ ਮਨ ਸਦਾ ਜਿਹੜਾ ਸਾਡਾ ਸੁੱਕਿਆ ਮਨ ਹੈ ਉਹ ਸੋਝੀ ਆ ਗਿਆ, ਉਹ ਹਰਾ ਭਰਾ ਹੋ ਗਿਆ। ਦਰਸ਼ਨ ਭੇਟ ਹਰ ਭਰ ਨਾਮ ਮਹਾਰਾਜ ਜੀ ਤੁਸੀਂ ਕਰਕੇ ਆਇਓ ਭਾਈ ਨਾਮਕਾਰ ਹੋਏ ਗੁਰੂ ਮਹਾਰਾਜ ਦਰਸ਼ਨ ਹੋਏ ਨੇ, ਦਰਸ਼ਨ ਤੁਸੀਂ ਕੀਤੇ ਸੰਗਤਾਂ ਨੇ ਸਾਰਿਆਂ ਨੇ ਭਾਈ ਅਮਰ ਛਕਣਾ ਤੁਸੀਂ ਅਮਰ ਵਾਲੇ ਪਾਣਾ ਛੱਕ ਅੰਡੇ ਬਾਟੇ ਦਾ ਅਮਰ ਛੱਕ ਕੇ ਗੁਰੂ ਵਾਲੇ ਪਾਣੀ ਗੁਰੂ ਕਿਰਪਾ ਕਰੇ ਮਾਲਕ ਕਰਕੇ ਚੰਗੇ ਫਲਾਂ ਤੁਸੀਂ ਮੇਰਾ ਵਹਿ ਜਿਹੜਾ ਪਰਮੇਸ਼ਰ ਆ ਗੁਰੂ ਗੋਬਿੰਦ ਦਾ ਅਤੇ ਉਹ ਮੇਰਾ ਵਹਿ ਸਾਰੇ ਸਾਡੇ ਪੁੱਤਰ ਉਹ ਕੱਟਣ ਵਾਲਾ ਉਹ ਤੁਸੀਂ ਮਹਾਰਾਜ ਤੁਹਾਨੂੰ ਚੜ੍ਹਦੇ ਘਰਾਂ ਪਿੱਛੇ ਸਾਰੇ ਪਰਿਵਾਰ ਨੂੰ ਸਾਰਿਆਂ ਸਾਥੀ ਬੰਦੀਆਂ ਨੂੰ ਬਾਹਰੋਂ ਅੰਦਰ ਆਏ ਸੱਜਣ ਮਿੱਤਰ ਭੈਣ ਭਰਾ ਸਾਰਿਆਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ। ਬੇਨਤੀ ਹੈ ਭਾਈ ਕਿ ਜਿਹੜੇ ਤੁਹਾਨੂੰ ਜੋ ਸਮਾਨ ਅਸੀਂ ਦੇਣਾ ਸੀ ਨਾ ਉਹ ਅਜੇ ਬਣਿਆ ਨਹੀਂ, ਇਕੱਠਾ ਹੀ ਹੋਣਾ ਤਿਆਰ, ਉਹ 28 ਤਰੀਕ ਨੂੰ ਤੁਸੀਂ ਆ ਜਾਣਾ ਤੁਹਾਨੂੰ ਸਮਾਨ ਦਿੱਤਾ ਜਾਊਗਾ। 28 ਤਰੀਕ ਨੂੰ ਇੱਥੇ ਵਿਆਹ ਵੀ ਆ, ਉਦੋਂ ਅਸੀਂ ਵਿਆਹ ਕਰਨਾ ਫਿਰ ਕਿਉਂਕਿ ਸਰਕਾਰ ਵੱਲੋਂ ਅਸੀਂ ਵੈਸੇ ਵੀ ਜੋੜਾ ਵਾਸ ਕਰਕੇ ਅਸੀਂ ਇਕੱਲਾ ਇਕੱਲਾ ਵਿਆਹ ਕਰ ਰਹੇ ਹਾਂ। 28 ਤਰੀਕ ਦਾ ਵਿਆਹ ਹੀ ਮੈਂ ਇੱਥੇ ਜਾਣਾ ਹੋਣ ਲੱਗਿਆ ਅਤੇ ਉਹ ਜੋ 28 ਤਰੀਕ ਨੂੰ ਸਮਾਨ ਤਿਆਰ ਹੋ ਜੂਗਾ ਫਿਰ ਉਹ ਤੁਹਾਨੂੰ ਸਮਾਨ ਦਿੱਤਾ ਜਾਏਗਾ। ਉਹ ਸਾਡੇ ਕੋਲ ਆਪਣੇ ਵੱਲੋਂ ਪੁੱਜੂਗਾ, ਜੋ ਸੰਗਤ ਵੱਲੋਂ ਆਉਂਦਾ ਸਮਾਨ ਉਹ ਤੁਹਾਨੂੰ ਦਿੱਤਾ ਜਾਣਾ ਬੇਟੇ। ਅਤੇ ਕਿਰਪਾ ਕਰੇ ਮਹਾਰਾਜ ਜਿਹਨਾਂ ਵੀ ਤੁਹਾਡੇ ਭਾਗਾਂ ਨੂੰ ਮਹਾਰਾਜ ਵੱਧ ਤੋਂ ਵੱਧ ਬਖਸ਼ਿਸ਼ ਕਰੇ, ਤੁਹਾਨੂੰ ਸਮਾਨ ਦਿੱਤਾ ਜਾਵੇ ਜੋ ਲੋੜਵੰਦ ਦਾ ਸਮਾਨ ਹੈ। ਆਪਣੇ ਆਏ ਨੇ ਇੱਥੋਂ ਰਾਜਪੁਰੇ ਤੋਂ ਸਰਦਾਰ ਦਲੀਪ ਸਿੰਘ ਹੋਣੀ ਜੀ, ਸਾਰਾ ਸਮੂਹ ਜਥਾ ਇਹਨਾਂ ਦਾ ਆਇਆ, ਇਹਨਾਂ ਨੇ ਬੈੱਡਾਂ ਦੀ ਸੇਵਾ ਕੀਤੀ ਆ, ਤੁਹਾਨੂੰ ਸਾਰਿਆਂ ਨੂੰ ਬੈੱਡ ਜਿਹੜੇ ਲੱਗਦੀਆਂ ਇਹਨਾਂ ਨੇ ਦੇਣੀਆਂ ਨੇ ਸਭ ਦੇਖਿਆ ਗਏ, ਇਹਨਾਂ ਨੇ ਬੈੱਡਾਂ ਦੀ ਸੇਵਾ ਕੀਤੀ ਆ, ਅੱਗੇ ਵੀ ਇਹ ਸੇਵਾ ਬੜੀ ਕਰਦੇ ਨੇ ਅਤੇ ਜਿਹਨੂੰ ਇਹਨਾਂ ਦਾ ਅਸੀਂ ਜਿਹਾ ਧੰਨਵਾਦ ਅਤੇ ਜੋ ਇੱਥੇ ਆ ਕੇ ਅੱਜ ਸ਼ਾਮਿਲ ਹੋਏ ਨੇ ਗੁਰੂ ਨਾਨਕ ਸਾਹਿਬ ਦੇ ਪਾਤਾ ਨੂੰ ਮਹਾਰਾਜ ਇਹਨਾਂ ਨੂੰ ਇਸੇ ਟਾਈਮ ਸੇਵਾ ਕਰਨਾ ਭਾਰਤ ਨੂੰ ਬਖਸ਼ਦੇ ਰਹੇ ਹਨ। ਅੱਗੇ ਵਿਆਹਾਂ 'ਚ ਇਹਨਾਂ ਨੇ ਮਠਿਆਈ ਦੀ ਜਾਂ ਬੈੱਡਾਂ ਦੀ ਅਲਮਾਰੀਆਂ ਦੀ ਬਥੇਰੀਆਂ ਸੇਵਾ ਬੇਨਤੀ ਕਰਦੇ ਰਹਿੰਦੇ ਨੇ ਗੁਰੂ ਨਾਨਕ ਸਾਹਿਬ ਅਰਜੀਆਂ ਕਰਦੇ ਨੇ। ਸਤਿ ਸ਼੍ਰੀ ਅਕਾਲ।
Thank you.
Thank you.